ਪਾਕਿਸਤਾਨੀਓ ਤੁਹਾਡੀ ਮੈਂ ਇੱਕ ਗਲਤ ਫਹਿਮੀ ਦੂਰ ਕਰਨਾ ਚਾਹੁੰਦਾ। ਤੁਹਾਡਾ ਕੀ ਮਤਲਬ ਹੈ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਚੌਥੀ ਦਫਾ ਵਜ਼ੀਰ ਆਜ਼ਮ ਬਣਨਾ ਚਾਹੁੰਦਾ ਹੈ? ਨਾ 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 ਨਾ, ਇਹ ਤੁਹਾਡੀ ਗਲਤ ਫਹਿਮੀ ਹੈ। ਦਰਅਸਲ ਮੀਆਂ ਸਾਹਿਬ ਇਸ ਨਿਜ਼ਾਮ ਨੂੰ ਠੀਕ ਕਰਨਾ ਚਾਹੁੰਦੇ ਨੇ। ਇਹ ਜਿਹੜੀ ਜਨਰਲ ਬਾਜਵਾ ਤੇ ਜਨਰਲ ਫੈਜ਼ ਦੇ ਇਤਸਾਬ ਦੀ ਗੱਲ ਕੀਤੀ ਨਾ ਉਹਨਾਂ ਨੇ, ਮੈਂ ਇਹਨਾਂ ਦੀ ਜੁਰਅਤ ਨੂੰ ਇਹਨਾਂ ਦੀ ਹਿੰਮਤ ਨੂੰ ਸਲਾਮ ਪੇਸ਼ ਕਰਨਾ ਕਿ ਇੱਕ ਸਜ਼ਾ ਯਾਫਤਾ ਮੁਜਰਮ, ਇੱਕ ਚੋਰ, ਇੱਕ ਮਫਰੂਰ ਹੋਣ ਦੇ ਬਾਵਜੂਦ ਉਹਨਾਂ ਨੇ ਐਡਾ ਵੱਡਾ ਬਿਆਨ ਦਿੱਤਾ ਹੈ। ਤੇ ਮੈਂ ਚੈਲੰਜ ਕਰਨਾ ਸਾਰੀ ਨੂਨ ਲੀਗ ਨੂੰ, ਜਿੰਨੇ ਵੀ ਇਹਦੇ ਪਾਰਟਨਰ ਨੇ, ਕਿ ਮੀਆਂ ਸਾਹਿਬ ਦਾ ਸਾਥ ਦਿਓ ਤੇ ਇਹਨਾਂ ਨੂੰ ਬਿਸਣਾ ਦਿਓ। ਅਗਰ ਤੁਸੀਂ ਇਸ ਬਿਆਨੀਆਂ ਤੋਂ ਪਿੱਛੇ ਹਟੇ ਤੇ ਮੀਆਂ ਸਾਹਿਬ ਦਾ ਸਾਥ ਨਾ ਦਿੱਤਾ ਤੇ ਮੈਂ ਲਾ ਲੈਣੀ ਜੀ ਜੁੱਤੀ ਤੇ ਮਾਰਨੀ ਜੀ 100 ਤੇ ਗਿਣਨੀ ਜੀ ਇੱਕ। ਸਮਝ ਆਈ ਜੀ ਨਾ? ਇਹ ਹੁਣ ਰੰਗਬਾਜ਼ੀ ਤੁਹਾਡੀ ਨੀ ਚੱਲਣੀ, ਇਸ ਬਿਆਨੀਆਂ ਦੇ ਕਾਇਮ ਰਹਿਣਾ ਜੇ। ਤੇ ਬਾਕੀ ਜਨਾਬ ਤੁਹਾਡੇ ਇਸਤਕਬਾਲ ਦੀਆਂ ਪੂਰੀਆਂ ਤਿਆਰੀਆਂ ਨੇ, ਜੋਸ਼ੋ ਖਰੋਸ਼ ਦੇ ਨਾਲ ਸੈਂਪਲ ਚੈੱਕ ਕਰਿਓ।